ਆਪਣੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੀ ਚਾਰ ਸਾਧਨ ਸੇਲ ਲਈ ਲੈ ਕੇ ਆਏ ਹਾਂ। ਇਹ ਤੁਸੀਂ ਦੇਖ ਰਹੇ ਹੋ ਜੀ ਸਕਰੀਨ ਦੇ ਉੱਪਰ, ਫੋਰਡ 3600 ਮਾਡਲ ਹੈ ਜੀ, 1982 ਨਵੇਂ ਟਾਇਰ ਨੇ ਜੀ ਇਸਦੇ, ਨਵੀਂ ਬੈਂਡਰੀ ਹੈ, ਓਰਿਜਿਨਲ ਪੇਂਟ ਕਰਵਾਇਆ ਵੀਰ ਨੇ। ਵੀਰ ਵੱਲੋਂ ਡਿਮਾਂਡ ਹੈ ਜੀ 1,55,000 ਰੁਪਏ ਦੀ। ਏਰੀਆ ਜੀ ਬਰਨਾਲਾ। ਵੀਰ ਦਾ ਕੰਟੈਕਟ ਹੈ ਜੀ 8146661770, 8146661770 ਵੀਰ ਦਾ ਕੰਟੈਕਟ ਹੈ ਜੀ। ਜੇ ਕਿਸੇ ਵੀਰ ਨੇ ਇਹ ਟਰੈਕਟਰ ਲੈਣਾ ਤਾਂ ਕੰਟੈਕਟ ਕਰ ਸਕਦਾ ਵੀਰ ਨਾਲ, ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਜੀ। ਨਵੇਂ ਟਾਇਰ ਨੇ ਜੀ, ਨਵੀਂ ਬੈਟਰੀ ਹੈ, ਓਰਿਜਿਨਲ ਪੇਂਟ ਕਰਵਾਇਆ ਇਸਦਾ ਵੀਰ ਨੇ। ਸੋ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਨੋਟੀਫਿਕੇਸ਼ਨ ਘੰਟੀ ਔਨ ਕਰੋ, ਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਵੱਧ ਤੋਂ ਵੱਧ ਆਪਣੇ ਸਾਥੀਆਂ ਨਾਲ ਸ਼ੇਅਰ ਕਰੋ ਜੀ। ਅੱਗੇ ਜੀ ਸੇਲ ਲਈ ਸਵਰਾਜ 744 ਮਾਡਲ ਹੈ ਜੀ, 2015 ਏਰੀਆ ਜੀ ਮੁਕਤਸਰ, ਰੇਟ ਹੈ ਜੀ 4,60,000 ਰੁਪਏ, ਕਲੋਸਕਰ ਦਾ ਇੰਜਨ ਹੈ ਜੀ ਇਹ। ਵੀਰ ਦਾ ਕੰਟੈਕਟ ਹੈ ਜੀ 94-6961-045-91, 94-6961-045-91 ਵੀਰ ਦਾ ਕੰਟੈਕਟ ਨੰਬਰ ਹੈ ਜੀ। ਜੇ ਕਿਸੇ ਵੀਰ ਨੇ ਇਹ ਟਰੈਕਟਰ ਲੈਣਾ ਤਾਂ ਕੰਟੈਕਟ ਕਰ ਸਕਦਾ ਵੀਰ ਨਾਲ, ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਜੀ। ਸੋ ਜੇਕਰ ਤੁਸੀਂ ਵੀ ਆਪਣੇ ਚੈਨਲ 'ਤੇ ਇਸ ਤਰ੍ਹਾਂ ਦੀ ਐਡ ਲਵਾਉਣੀ ਚਾਹੁੰਦੇ ਹੋ ਤਾਂ ਆਪਣੇ ਸਾਧਨ ਦੀਆਂ 5-7 ਫੋਟੋਆਂ ਸਾਡੇ ਵਟਸਐਪ ਨੰਬਰ 'ਤੇ ਭੇਜ ਦਿਓ ਜੀ। ਸਾਡਾ ਵਟਸਐਪ ਨੰਬਰ ਹੈ 88-470-48-496, ਸਕਰੀਨ ਦੇ ਉੱਪਰ ਵੀ ਨੰਬਰ ਸਾਡਾ ਸ਼ੋ ਹੋ ਰਿਹਾ ਜੀ। ਅੱਗੇ ਹੈ ਜੀ ਸੇਲ ਲਈ ਜੌਂਡੀਅਰ 5310 ਮਾਡਲ ਹੈ ਜੀ, 2011 ਰੇਟ ਹੈ ਜੀ 4,75,000 ਰੁਪਏ, ਏਰੀਆ ਜੀ ਮੋਗਾ, ਕੰਟੈਕਟ ਹੈ ਵੀਰ ਦਾ ਜੀ 98-768-51-401, 98-768-51-401 ਵੀਰ ਦਾ ਕੰਟੈਕਟ ਹੈ ਜੀ। ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਤਾਂ ਕੰਟੈਕਟ ਕਰ ਸਕਦਾ ਵੀਰ ਨਾਲ। ਸੋ ਚੱਲਦੀ ਚੱਲਦੀ ਵੀਡੀਓ ਦੇ ਵਿੱਚ ਇੱਕ ਬੇਨਤੀ ਹੈ ਜੀ, ਜੇਕਰ ਤੁਸੀਂ ਆਪਣੇ ਚੈਨਲ 'ਤੇ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਆਪਣੇ ਸਾਥੀਆਂ ਨਾਲ ਸ਼ੇਅਰ ਕਰੋ ਜੀ, ਅਤੇ ਕਮੈਂਟ ਕਰਕੇ ਵੀ ਦੱਸੋ ਆਪਣੀ ਵੀਡੀਓ ਤੁਹਾਨੂੰ ਕਿਵੇਂ ਲੱਗਦੀਆਂ ਹਨ। ਅੱਗੇ ਹੈ ਜੀ ਸੇਲ ਲਈ ਲੇਜ਼ਰ ਲੈਵਲ ਕੰਪਿਊਟਰ ਕਰਾਹਾ ਜੀ, ਏਰੀਆ ਜੀ ਫਤਿਹਾਬਾਦ ਹਰਿਆਣੇ ਦੇ ਵਿੱਚ, ਰੇਟ ਹੈ ਜੀ 1,55,000 ਰੁਪਏ, ਕੰਟੈਕਟ ਹੈ ਵੀਰ ਦਾ ਜੀ 94-668-19-586, 94-668-19-586 ਵੀਰ ਦਾ ਕੰਟੈਕਟ ਹੈ ਜੀ। ਜੇ ਕਿਸੇ ਵੀਰ ਨੇ ਇਹ ਕੰਪਿਊਟਰ ਕਰਾਹਾ ਲੈਣਾ ਤਾਂ ਕੰਟੈਕਟ ਕਰ ਸਕਦਾ ਵੀਰ ਨਾਲ ਜੀ, ਰੇਟ ਮੌਕੇ 'ਤੇ ਵੱਧ ਘੱਟ ਹੋ ਜਾਊਗਾ ਜੀ ਇਸਦਾ। ਫਤਿਹਾਬਾਦ ਏਰੀਆ ਜੀ, ਕੰਟੈਕਟ ਵੀਰ ਦਾ ਸ਼ੋ ਹੋ ਰਿਹਾ। ਸੋ ਅੰਤ ਵਿੱਚ ਇੱਕ ਫਿਰ ਤੁਹਾਡੇ ਸਾਹਮਣੇ ਬੇਨਤੀ ਹੈ ਜੀ, ਜੇਕਰ ਤੁਸੀਂ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਨੋਟੀਫਿਕੇਸ਼ਨ ਘੰਟੀ ਔਨ ਕਰੋ, ਤਾਂ ਜੋ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਮਿਲੇ ਸਭ ਤੋਂ ਪਹਿਲਾਂ ਜੀ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।